ਦੋਸਤੋ ਦੋ ਮਸਲੇ ਐਸੇ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਆਨਲਾਈਨ ਅਰਨਿੰਗ ਨਹੀਂ ਕਰ ਪਾ ਰਹੇ। ਸਭ ਤੋਂ ਪਹਿਲਾ ਤਾਂ ਸਭ ਤੋਂ ਵੱਡਾ ਮਸਲਾ ਸਕਿੱਲ, ਸਾਡੇ ਕੋਲ ਸਕਿੱਲ ਨਹੀਂ ਹੈ। ਉਸ ਤੋਂ ਬਾਅਦ ਦੂਸਰਾ ਵੱਡਾ ਮਸਲਾ, ਸਾਡੇ ਕੋਲ ਇਨਵੈਸਟਮੈਂਟ ਵੀ ਨਹੀਂ ਹੈ। ਅੱਜ ਇਹਨਾਂ ਦੋਵਾਂ ਮਸਲਿਆਂ ਨੂੰ ਮੈਂ ਸਾਈਡ 'ਤੇ ਕਰਕੇ ਤੁਹਾਡੇ ਵਾਸਤੇ ਇੱਕ ਐਸੀ ਐਪ ਲੈ ਕੇ ਆਇਆ ਵਾਂ ਜਿਹਦੇ ਉੱਤੇ ਅਰਨਿੰਗ ਕਰਨ ਵਾਸਤੇ ਨਾ ਤੁਹਾਨੂੰ ਕਿਸੇ ਸਕਿੱਲ ਦੀ ਲੋੜ ਹੈ, ਨਾ ਤੁਹਾਨੂੰ ਕਿਸੇ ਇਨਵੈਸਟਮੈਂਟ ਦੀ ਜ਼ਰੂਰਤ ਹੈ। ਬਗੈਰ ਸਕਿੱਲ ਅਤੇ ਬਗੈਰ ਇਨਵੈਸਟਮੈਂਟ ਤੋਂ ਕਿਸ ਤਰ੍ਹਾਂ ਤੁਸੀਂ ਆਨਲਾਈਨ ਅਰਨਿੰਗ ਕਰ ਸਕਦੇ ਹੋ, ਸਭ ਕੁਝ ਤੁਹਾਨੂੰ ਮੈਂ ਡਿਟੇਲ ਦੇ ਨਾਲ ਦੱਸਾਂਗਾ ਇਸ ਵੀਡੀਓ ਵਿੱਚ। ਚਲੋ ਚੱਲਦੇ ਹਾਂ ਵੀਡੀਓ ਵੱਲ। ਅਸਲਾਮ ਵਾਲੇਕੁਮ ਦੋਸਤੋ, ਮੈਂ ਅਬਦੁਲ ਰਹਿਮਾਨ ਲਿਆਕਤ, ਤੁਹਾਨੂੰ ਪੰਜਾਬੀ ਦੇ ਨੰਬਰ 1 ਟੈਕ ਚੈਨਲ ਡੀਜੀ ਜ਼ੋਨ 'ਚ ਖੁਸ਼ ਆਮਦੀਦ ਆਖਦਾ ਵਾਂ। ਦੋਸਤੋ, ਅੱਜ ਤੁਹਾਡੇ ਵਾਸਤੇ ਮੈਂ ਐਸੀ ਅਰਨਿੰਗ ਐਪ ਲੈ ਕੇ ਆਇਆ ਵਾਂ ਜਿਹਦੇ ਉੱਤੇ ਬਗੈਰ ਕਿਸੇ ਸਕਿੱਲ ਤੋਂ ਅਤੇ ਬਗੈਰ ਕਿਸੇ ਇਨਵੈਸਟਮੈਂਟ ਤੁਸੀਂ ਆਨਲਾਈਨ ਅਰਨਿੰਗ ਕਰ ਸਕਦੇ ਹੋ। ਰੋਜ਼ਾਨਾ 2 ਤੋਂ 3 ਘੰਟੇ ਉਹਦੇ ਉੱਤੇ ਕੰਮ ਕਰਕੇ ਤੁਸੀਂ ਅੱਛੀ ਖਾਸੀ ਅਮਾਊਂਟ ਅਰਨ ਕਰ ਸਕਦੇ ਹੋ। ਕਿਹੜੀ ਐਪ ਉਹਦੇ ਤੋਂ ਕਿਸ ਤਰ੍ਹਾਂ ਅਰਨਿੰਗ ਕਰਨੀ, ਸਭ ਕੁਝ ਤੁਹਾਨੂੰ ਮੈਂ ਹਰ ਚੀਜ਼ ਬਿਲਕੁਲ ਸਟੈਪ ਬਾਏ ਸਟੈਪ ਸਮਝਾਵਾਂਗਾ। ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਆ ਜਾਣਾ ਸਾਂ ਪਲੇ ਸਟੋਰ 'ਤੇ। ਕਿਹੜੀ ਐਪ ਹੈ ਤੁਸੀਂ ਉਹਦੇ ਤੋਂ ਕਿਸ ਤਰ੍ਹਾਂ ਅਰਨਿੰਗ ਕਰ ਸਕਦੇ, ਸਭ ਕੁਝ ਸਟੈਪ ਬਾਏ ਸਟੈਪ ਨੂੰ ਧਿਆਨ ਦੇ ਨਾਲ ਵੇਖਣਾ। ਸਭ ਤੋਂ ਪਹਿਲਾਂ ਕੀ ਕਰਨਾ, ਅਸਾਂ ਆ ਜਾਣਾ ਪਲੇ ਸਟੋਰ 'ਤੇ, ਉੱਥੋਂ ਆ ਕੇ ਅਸਾਂ ਐਪ ਨੂੰ ਇੰਸਟਾਲ ਕਰ ਲੈਣਾ। ਜਿਸ ਐਪ ਦੇ ਜ਼ਰੀਏ ਅਸਾਂ ਬਗੈਰ ਇਨਵੈਸਟਮੈਂਟ ਅਤੇ ਬਗੈਰ ਸਕਿੱਲ ਤੋਂ ਅਰਨਿੰਗ ਕਰਨੀ ਹੈ, ਉਹਦਾ ਨਾਮ ਹੈ ਮਨੀ ਐਪ। ਤੁਸੀਂ ਕੀ ਕਰਨਾ, ਪਲੇ ਸਟੋਰ 'ਤੇ ਆ ਕੇ ਸਰਚ ਕਰ ਲੈਣਾ ਮਨੀ ਐਪ, ਕੈਸ਼ ਰਿਵਾਰਡਸ ਐਪ, ਅਤੇ ਤੁਸੀਂ ਇਸ ਐਪ 'ਤੇ ਆ ਜਾਣਾ। ਅਗਰ ਤੁਸੀਂ ਸਰਚ ਕਰਦੇ ਤੁਹਾਨੂੰ ਐਪ ਨਹੀਂ ਮਿਲਦੀ, ਡਿਸਕ੍ਰਿਪਸ਼ਨ ਵਿੱਚ ਲਿੰਕ ਹੈ, ਉੱਥੋਂ ਉਸ ਲਿੰਕ 'ਤੇ ਕਲਿੱਕ ਕਰਕੇ ਅਤੇ ਇਸ ਐਪ 'ਤੇ ਆ ਕੇ ਇਹਨੂੰ ਇੰਸਟਾਲ ਕਰ ਲੈਣਾ। ਅਤੇ ਤੁਹਾਡੇ ਸਾਹਮਣੇ ਮੈਂ ਵੀ ਇੰਸਟਾਲ ਕਰਨਾ, ਫਿਰ ਇਹਨੂੰ ਓਪਨ ਕਰਕੇ ਇਹਦੇ 'ਤੇ ਕੰਮ ਸ਼ੁਰੂ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਇੱਥੇ ਚੈੱਕ ਕਰ ਲਵੋ ਕਿ ਐਪ 'ਤੇ ਕਿੰਨੇ ਰਿਵਿਊਜ਼ ਨੇ। 3,87,000 ਰਿਵਿਊਜ਼ ਨੇ ਇਹਦੇ ਬਾਰੇ, 4.2 ਰੇਟਿੰਗ ਹੈ ਇਹਦੀ, ਮਤਲਬ ਕਿ ਅੱਛੀ ਖਾਸੀ ਠੀਕ ਰੇਟਿੰਗ ਹੈ। ਉਸ ਤੋਂ ਬਾਅਦ ਅਗਰ ਤੁਸੀਂ ਚੈੱਕ ਕਰੋ ਕਿ ਇਹਨੂੰ ਡਾਊਨਲੋਡਸ ਕਿੰਨੇ ਨੇ, 10 ਮਿਲੀਅਨ ਪਲੱਸ ਡਾਊਨਲੋਡਸ ਨੇ ਇਹਦੇ। 10 ਮਿਲੀਅਨ ਮਤਲਬ ਕਿ 1 ਕਰੋੜ ਤੋਂ ਜ਼ਿਆਦਾ ਲੋਕ ਇਹਨੂੰ ਇੰਸਟਾਲ ਕਰਕੇ ਇਹਦੇ ਉੱਤੇ ਕੰਮ ਕਰਕੇ ਇਹਦੇ ਤੋਂ ਅਰਨਿੰਗ ਕਰ ਚੁੱਕੇ ਨੇ। ਇਸ ਲਈ ਅਸੀਂ ਵੀ ਇਹਨੂੰ ਇੰਸਟਾਲ ਕਰਕੇ ਇਹਦੇ ਤੋਂ ਅਰਨਿੰਗ ਸ਼ੁਰੂ ਕਰਨੀ ਆ। ਜੀ ਦੋਸਤੋ, ਇਹ ਐਪ ਸਾਡੇ ਕੋਲ ਇੰਸਟਾਲ ਹੋ ਚੁੱਕੀ ਹੈ, ਅਸੀਂ ਕਰਨੀ ਆ ਓਪਨ 'ਤੇ ਕਲਿੱਕ ਕਰਕੇ ਇਹਨੂੰ ਓਪਨ ਕਰ ਲੈਂਦੇ ਹਾਂ। ਇਹ ਰੈਫਰਲ ਕੋਡ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਉੱਥੋਂ ਕੋਡ ਕਾਪੀ ਕਰਕੇ ਇੱਥੇ ਇੰਸਰਟ ਕਰਕੇ ਸਟਾਰਟ 'ਤੇ ਕਲਿੱਕ ਕਰ ਦੇਣਾ। ਵੈਲਕਮ ਗਿਫਟ 30 ਕ੍ਰੈਡਿਟਸ, ਵੈਲਕਮ ਗਿਫਟ 30 ਕ੍ਰੈਡਿਟ, ਤੁਹਾਨੂੰ ਵੈਲਕਮ ਗਿਫਟ ਮਿਲ ਚੁੱਕਿਆ ਹੈ। ਅਸੀਂ ਕਰਨੀ ਹੈ ਗੈਟ ਮੋਰ 'ਤੇ ਕਲਿੱਕ ਕਰਨੇ ਹਾਂ, ਤਾਂ ਵੇਖਣਾ ਹੋਰ ਕਿਸ ਕਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਅਰਨਿੰਗ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਇੱਥੇ ਅਰਨਿੰਗ ਦਾ ਤਰੀਕਾ ਕੀ ਹੈ, ਫੈਂਟੈਸਟਿਕ ਆਫਰ ਵਾਲ, ਉਸ ਤੋਂ ਬਾਅਦ ਵਾਓ ਆਫਰ ਵਾਲ, ਉਸ ਤੋਂ ਬਾਅਦ ਔਸਮ ਆਫਰ ਵਾਲ, 3 ਤਰ੍ਹਾਂ ਦੇ ਸਾਡੇ ਕੋਲ ਆਫਰਸ ਨੇ। ਉਸ ਤੋਂ ਬਾਅਦ ਆ ਜਾਂਦੇ ਨੇ ਸਰਵੇਜ਼, ਸੁਪਰ ਸਰਵੇਜ਼ ਵਾਲ, ਉਸ ਤੋਂ ਬਾਅਦ ਅਗਲੀ ਆਪਸ਼ਨ ਹੈ ਵਾਚ ਵੀਡੀਓਜ਼। ਆਫਰ ਵਾਲ ਦੇ ਜ਼ਰੀਏ ਅਸੀਂ ਅਰਨਿੰਗ ਕਰ ਸਕਦੇ ਹਾਂ, ਉਸ ਤੋਂ ਬਾਅਅਸੀਂ ਸਰਵੇਜ਼ ਮੁਕੰਮਲ ਕਰਕੇ ਇੱਥੋਂ ਅਰਨਿੰਗ ਕਰ ਸਕਦੇ ਹਾਂ, ਉਸ ਤੋਂ ਬਾਅਦ ਅਸੀਂ ਵੀਡੀਓਜ਼ ਦੇਖ ਕੇ ਇੱਥੋਂ ਅਰਨਿੰਗ ਕਰ ਸਕਦੇ ਹਾਂ, ਉਸ ਤੋਂ ਬਾਅਦ ਕੀ ਨੇ ਰਿਵਿਊ ਟਾਸਕ, ਟਾਸਕ ਮੁਕੰਮਲ ਕਰਕੇ ਅਸੀਂ ਇੱਥੋਂ ਅਰਨਿੰਗ ਕਰ ਸਕਦੇ ਹਾਂ। ਔਰ ਲਾਸਟ ਦੀ ਆਪਸ਼ਨ ਕੀ, ਕੰਪਲੀਟ ਪ੍ਰੋਫਾਈਲ ਟਾਸਕ, ਕਿ ਆਪਣੀ ਪ੍ਰੋਫਾਈਲ ਨੂੰ ਮੁਕੰਮਲ ਕਰੋ, ਉਹਦੇ ਜ਼ਰੀਏ ਵੀ ਤੁਹਾਡੀ ਅਰਨਿੰਗ ਹੋਏਗੀ। ਤੁਸੀਂ ਪ੍ਰੋਫਾਈਲ ਮੁਕੰਮਲ ਕਰੋਗੇ, ਉਹਦੇ ਵੀ ਤੁਹਾਨੂੰ 20 ਕ੍ਰੈਡਿਟਸ ਮਿਲ ਜਾਣਗੇ। ਸਭ ਤੋਂ ਪਹਿਲਾਂ ਅਸੀਂ ਕੀ ਕਰਨੇ, ਆਪਣੀ ਪ੍ਰੋਫਾਈਲ ਨੂੰ ਮੁਕੰਮਲ ਕਰਨੇ ਆ, ਤਾਂ ਕਿ ਸਾਨੂੰ ਸਰਵੇਜ਼ ਵੀ ਮਿਲਣ, ਅਤੇ ਉਸ ਤੋਂ ਇਲਾਵਾ ਸਾਡੇ ਪਾਸ ਹੋਰ ਆਪਸ਼ਨ ਇੱਥੇ ਜ਼ਿਆਦਾ ਓਪਨ ਹੋਣ। ਪ੍ਰੋਫਾਈਲ ਮੁਕੰਮਲ ਕਰਨ ਤੋਂ ਬਾਅਦ ਅਸੀਂ ਆ ਪਹਿਲੀ ਆਫਰ 'ਤੇ ਆ ਕੇ ਅਤੇ ਇਹਨੂੰ ਓਪਨ ਕਰ ਲੈਂਦੇ ਹਾਂ। ਅਰਨ ਕ੍ਰੈਡਿਟਸ, ਇਹ ਸਾਡੇ ਸਾਹਮਣੇ ਆਫਰਸ ਨੇ, ਇਹ ਸਾਡੇ ਸਾਹਮਣੇ ਟਾਸਕ ਨੇ, ਇਹਨਾਂ ਨੂੰ ਮੁਕੰਮਲ ਕਰਨਾ ਹੈ, ਸਾਨੂੰ ਇਹਦੇ ਸਾਹਮਣੇ ਜਿੰਨੀ ਅਰਨਿੰਗ ਲਿਖੀ ਹੈ ਇਹ ਸਾਡੇ ਅਕਾਊਂਟ ਵਿੱਚ ਕ੍ਰੈਡਿਟ ਹੋ ਜਾਏਗੀ। ਅਸੀਂ ਪਹਿਲੇ ਟਾਸਕ 'ਤੇ ਕਲਿੱਕ ਕਰ ਲੈਂਦੇ ਹਾਂ, ਇਹਨੂੰ ਮੁਕੰਮਲ ਕਰਨੇ ਹਾਂ ਅਤੇ ਦੇਖਦੇ ਹਾਂ ਇਹਦੀ ਸਾਡੀ ਇਹਦੀ ਕਿੰਨੀ ਅਰਨਿੰਗ ਸਾਡੇ ਅਕਾਊਂਟ ਵਿੱਚ ਕ੍ਰੈਡਿਟ ਹੁੰਦੀ ਹੈ। ਇਸ ਆਫਰ ਨੂੰ ਓਪਨ ਕਰਨ ਤੋਂ ਬਾਅਦ ਇੱਥੇ ਇੰਸਟਰਕਸ਼ਨਸ ਲਿਖੀਆਂ ਨੇ, ਇੰਸਟਰਕਸ਼ਨ ਨੂੰ ਧਿਆਨ ਦੇ ਨਾਲ ਦੇਖਣਾ, ਫਿਰ ਜਿਸ ਤਰ੍ਹਾਂ ਲਿਖੀਆਂ ਨੇ ਉਸੇ ਤਰ੍ਹਾਂ ਕੰਮ ਕਰਨਾ। ਉਸ ਤੋਂ ਬਾਅਦ ਸਾਨੂੰ ਰਿਵਾਰਡ ਮਿਲੇਗਾ। ਪਹਿਲਾਂ ਕੀ ਹੈ, ਪਲੇ AFK ਅਰੀਨਾ, ਇਹ ਗੇਮ ਹੈ, ਇਹਨੂੰ ਖੇਲਣਾ। ਬਾਈ ਮੰਥਲੀ ਕਾਰਡ ਇਨ ਦਾ ਗੇਮ ਫਾਰ ਦਾ ਫਸਟ ਟਾਈਮ, ਗੈਟ ਰਿਵਾਰਡ, ਪਲੀਜ਼ ਕੰਪਲੀਟ ਦਾ ਟਾਸਕ ਵਿਦ ਇਨ 19 ਡੇਜ਼, 19 ਦਿਨਾਂ ਦੇ ਵਿੱਚ ਇਹ ਟਾਸਕ ਮੁਕੰਮਲ ਕਰਨਾ। ਇਹ ਟਾਸਕ ਮੁਕੰਮਲ ਕਰਨ ਤੋਂ ਬਾਅਦ ਤੁਹਾਨੂੰ 35 ਤੋਂ 34 ਕ੍ਰੈਡਿਟ ਮਿਲਣਗੇ। ਪਰਚੇਜ਼ ਕਰਨਾ ਤੁਹਾਨੂੰ ਮੈਂ ਆਈਡੀਆ ਨਹੀਂ ਦਿਆਂਗਾ, ਜਿਹੜੀ ਪਰਚੇਜ਼ ਵਾਲੀ ਉਹਨੂੰ ਸਕਿੱਪ ਕਰ ਦਿਓ, ਪਰਚੇਜ਼ ਵਾਲਾ ਕੋਈ ਵੀ ਕੰਮ ਨਹੀਂ ਕਰਨਾ।
ਉਸ ਤੋਂ ਬਾਅਦ ਆ ਜਾਂਦੇ ਹਾਂ ਅਸੀਂ ਦੁਬਾਰਾ ਇਹਦੇ ਉੱਤੇ ਵਾਪਸ, ਅਤੇ ਫੈਂਟੈਸਟਿਕ ਆਫਰ 'ਤੇ ਦੁਬਾਰਾ ਕਲਿੱਕ ਕਰ ਲੈਂਦੇ ਹਾਂ, ਅਸੀਂ ਤੋਂ ਕਿਸੇ ਹੋਰ ਆਫਰ 'ਤੇ ਚਲੇ ਜਾਂਦੇ ਹਾਂ। ਉਸ ਤੋਂ ਬਾਅਦ ਥੱਲੇ ਕੀ ਦੂਸਰੇ ਨੰਬਰ 'ਤੇ ਫਾਈਨੈਂਸ ਸਰਵੇ, ਕੰਪਲੀਟ ਆ ਕੁਇਕ ਸਰਵੇ, ਇਹਦੇ ਉੱਤੇ ਕਲਿੱਕ ਕਰਕੇ ਉਹਨੂੰ ਕੀ ਕਰਨੇ ਆ, ਮੁਕੰਮਲ ਕਰਨੇ ਆ, ਆਂਸਰ ਆਲ ਦਾ ਕੁਐਸਚਨ, ਸਿੰਪਲੀ ਅਸਾਂ ਕੀ ਕਰਨਾ, ਕੁਐਸਚਨ ਦੇ ਆਂਸਰ ਕਰਨੇ ਨੇ। ਅਰਨ 43 ਕੈਰਟਸ 'ਤੇ ਕਲਿੱਕ ਕਰ ਲੈਂਦੇ ਹਾਂ। ਇੱਥੇ ਅੱਗੇ ਸਾਡੇ ਕੋਲ ਕੁਛ ਕੁਐਸਚਨ ਪੁੱਛਣਗੇ, ਵਾਟ ਇਜ਼ ਯੂਰ ਜੈਂਡਰ ਮੈਨ, ਹਾਊ ਓਲਡ ਆਰ ਯੂ 18 to 29, ਹਾਊ ਡੂ ਯੂ ਮੇਕ ਅ ਲਿਵਿੰਗ, ਆਈ ਐਮ ਸੈਲਫ ਇੰਪਲੋਇਡ, ਵਾਟ ਇਜ਼ ਯੂਰ ਐਵਰੇਜ ਇਨਕਮ ਪਰ ਏਅਰ, ਅਤੇ ਤੁਹਾਡੀ ਸਾਲਾਨਾ ਆਮਦਨ ਕਿੰਨੀ ਹੈ, ਲੈਸ ਦੈਨ $10,000। ਉਸ ਤੋਂ ਬਾਅਦ ਨੈਕਸਟ ਕੀ ਗਏ, ਵਾਟ ਇਜ਼ ਯੂਰ ਫਾਈਨੈਂਸ਼ੀਅਲ ਗੋਲ ਫਾਰ ਦਾ ਨੈਕਸਟ 5 ਈਅਰਸ, ਕਿ ਅਗਲੇ 5 ਸਾਲਾਂ ਵਿੱਚ ਤੁਹਾਡਾ ਕੀ ਖਾਬ ਹੈ, ਕੀ ਗੋਲ ਹੈ, ਕੀ ਮਕਸਦ ਹੈ। ਅਸੀਂ ਇੱਥੇ ਲਿਖ ਲੈਂਦੇ ਹਾਂ ਜੀ, ਬਾਏ ਆ ਸੁਪਰ ਕਾਰ, ਹਾਊ ਮੱਚ ਵੁੱਡ ਯੂ ਇਨਵੈਸਟ ਰਾਈਟ ਨਾਓ ਟੂ ਗੈਟ ਕਲੋਜ਼ਰ ਟੂ ਯੂਰ ਫਾਈਨੈਂਸ਼ੀਅਲ ਗੋਲ ਮੱਚ ਫਾਸਟਰ, ਲੈਸ ਦੈਨ $250। ਥੈਂਕ ਯੂ, ਉਸ ਤੋਂ ਬਾਅਦ ਕੀ ਆ ਗਿਆ ਜੀ, ਥੈਂਕ ਯੂ, ਯੂਰ ਟੈਸਟ ਰਿਜ਼ਲਟ ਗ੍ਰੇਟ, ਗੈਟ ਆਫਰ 'ਤੇ ਕਲਿੱਕ ਕੀਤਾ। ਉਸ ਤੋਂ ਬਾਅਦ ਸਾਨੂੰ ਟਾਸਕ ਦੇ ਰਿਹਾ, ਕੰਪਲੀਟ 2 easy steps, step 1 ਇੰਸਟਾਲ ਦਾ JAX VPN ਐਪ, ਇੱਕ VPN ਉਹਨੂੰ ਇੰਸਟਾਲ ਕਰਨਾ। ਉਸ ਤੋਂ ਬਾਅਦ step 2 ਕੀ ਹੈ, ਲਾਂਚ ਦਾ ਐਪ, ਐਪ ਨੂੰ ਚਲਾਉਣਾ, ਪ੍ਰੈਸ ਹਾਈਡ IP address ਲੈਂਪ, ਐਪ ਨੂੰ ਰਨ ਕਰਕੇ ਅਤੇ ਹਾਈਡ IP address 'ਤੇ ਕਲਿੱਕ ਕਰ ਦੇਣਾ। ਇਹ ਤੁਹਾਡਾ ਟਾਸਕ ਮੁਕੰਮਲ ਹੋ ਜਾਏਗਾ ਅਤੇ ਤੁਹਾਡਾ ਕ੍ਰੈਡਿਟ ਤੁਹਾਡੇ ਅਕਾਊਂਟ ਵਿੱਚ ਆ ਜਾਏਗਾ। ਇਸ ਤੋਂ ਬਾਅਦ ਆ ਜਾਣਾ ਸਾਨੂੰ ਦੂਸਰੀ ਆਫਰ ਵਾਲ, ਵੋ ਆਫਰਸ, ਇਹਦੇ ਉੱਤੇ ਕਲਿੱਕ ਕਰ ਲੈਣਾ। ਇਹਦੇ ਵਿੱਚ ਸਾਨੂੰ ਕਿਹੜੀਆਂ ਆਫਰਸ ਨੇ, ਸੇਮ ਉਸੇ ਤਰ੍ਹਾਂ ਦੀ ਆਫਰਸ ਨੇ, ਅਸਾਂ ਕੀ ਕਰਨਾ, ਇੱਥੇ ਮੁਖਤਲਿਫ ਐਪਸ ਨੇ, ਉਹਨਾਂ ਐਪਸ ਨੂੰ ਇੰਸਟਾਲ ਕਰਨਾ, ਉਹਨਾਂ ਦੀ ਇੰਸਟਰਕਸ਼ਨ ਨੂੰ ਪੜ੍ਹ ਕੇ ਉਹਨਾਂ ਦੇ ਮੁਤਾਬਕ ਅਮਲ ਕਰਨਾ, ਅਤੇ ਸਾਡੀ ਅਰਨਿੰਗ ਸਾਡੇ ਅਕਾਊਂਟ ਵਿੱਚ ਆ ਜਾਏਗੀ। ਇਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਉਸਮ ਆਫਰ ਵਾਲ ਵਿੱਚ, ਇਹਦੇ ਉੱਤੇ ਕਲਿੱਕ ਕਰਕੇ ਵੇਖਣਾ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਨੇ। ਇਹ ਹੋ ਗਏ ਸਾਡੇ ਕੋਲ ਆਫਰ ਵਾਲ। ਉਸ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਸਰਵੇਜ਼ ਵੱਲ, ਸਰਵੇਜ਼ ਵਿੱਚ ਦੇਖਣਾ ਸਰਵੇਜ਼ ਅਵੇਲੇਬਲ ਹੈ ਨਹੀਂ ਜਾਂ ਨਹੀਂ ਹੈ, ਮੋਸਟਲੀ ਸਰਵੇਜ਼ ਅਵੇਲੇਬਲ ਨਹੀਂ ਹੁੰਦੇ। ਅਨਲਾਕ ਸਰਵੇਜ਼ ਬਾਏ ਕੰਪਲੀਟਿੰਗ ਯੂਰ ਪ੍ਰੋਫਾਈਲ, ਕਿ ਸਰਵੇਜ਼ ਵਾਸਤੇ ਪਹਿਲਾਂ ਆਪਣੀ ਪ੍ਰੋਫਾਈਲ ਨੂੰ ਮੁਕੰਮਲ ਕਰੋ, ਗੈਟ ਸਟਾਰਟਡ 'ਤੇ ਕਲਿੱਕ ਕਰਨੇ ਆ, ਆਪਣੀ ਪ੍ਰੋਫਾਈਲ ਨੂੰ ਮੁਕੰਮਲ ਕਰਨੇ ਆ। ਐਗਰੀ, ਕੇਅਰਫੁਲ ਰੀਡ ਆਲ ਦਾ ਕੁਐਸਚਨ ਐਂਡ ਆਂਸਰ ਆਲ ਦਾ ਕੁਐਸਚਨ ਬਿਫੋਰ ਸਬਮਿਟਿੰਗ ਦਾ ਕਰੈਕਟ ਆਂਸਰ, ਇਫ ਯੂ ਫੇਲ ਟੂ ਪਾਸ ਆਵਰ ਕੁਆਲਿਟੀ ਕੰਟਰੋਲ ਵਾਇਲ ਕੰਪਲੀਟਿੰਗ ਦਾ ਸਰਵੇ ਵਿਲ ਬੀ ਟਰਮੀਨੇਟਿਡ ਇਮੀਡੀਏਟਲੀ ਐਂਡ ਯੂ ਵਿਲ ਬੀ ਸਕਰੀਨਡ ਆਊਟ। ਅਗਰ ਤੁਹਾਨੂੰ ਸਹੀ ਤਰ੍ਹਾਂ ਸਰਵੇਜ਼ ਦੇ ਆਂਸਰ ਨਾ ਦਿੱਤੇ, ਸਰਵੇ ਟਰਮੀਨੇਟ ਹੋ ਜਾਏਗਾ, ਫਿਰ ਤੁਹਾਨੂੰ ਰਿਵਾਰਡ ਨਹੀਂ ਮਿਲੇਗਾ। ਇਸ ਵਾਸਤੇ ਧਿਆਨ ਦੇ ਨਾਲ ਸਵਾਲਾਂ ਦੇ ਜਵਾਬ ਦੇਣਗੇ। ਵਟ ਡੇ ਕਮਸ ਆਫਟਰ ਟਿਊਜ਼ਡੇ, ਟਿਊਜ਼ਡੇ ਤੋਂ ਬਾਅਦ ਕਿਹੜਾ ਦਿਨ ਆਉਂਦਾ ਹੈ, ਵੈਨਸਡੇ, ਨੈਕਸਟ। ਵਟ ਇਜ਼ ਯੋਰ ਈਅਰ ਆਫ ਬਰਥ, ਨੈਕਸਟ। ਪਲੀਜ਼ ਸਿਲੈਕਟ ਦਾ ਲੈਂਗੁਏਜ ਇਨ ਵਿੱਚ ਯੂ ਵੁੱਡ ਲਾਈਕ ਟੂ ਟੇਕ ਸਰਵੇਜ਼, ਇੰਗਲਿਸ਼, ਉਸ ਤੋਂ ਬਾਅਦ ਹੋਰ ਸਾਨੂੰ ਕਿਹੜੀ ਜ਼ਬਾਨ ਆਉਂਦੀ ਹੈ, ਪੰਜਾਬੀ ਆਉਂਦੀ ਹੈ ਅਤੇ ਉਰਦੂ ਆਉਂਦੀ ਹੈ। ਇੱਥੇ ਦੇਖਦੇ ਹਾਂ ਹੋਰ ਕੋਈ ਹੈ ਵੀ ਸਾਨੂੰ ਆਉਂਦੀ ਹੈ, ਯੂ ਵਿੱਚ ਉਰਦੂ ਨਹੀਂ ਹੈ ਅਤੇ ਪੀ ਵਿੱਚ ਪੰਜਾਬੀ ਹੈ, ਇਹ ਉਰਦੂ ਵੀ ਹੈ, ਟੇਕ ਕਰ ਦਿੱਤਾ। ਵਟ ਇਜ਼ ਯੋਰ ਜੈਂਡਰ, ਮੇਲ, ਨੈਕਸਟ। ਵਟ ਇਜ਼ ਯੋਰ ਜ਼ਿਪ ਕੋਡ, ਪਾਕਿਸਤਾਨ, ਬਿਲਕੁਲ ਪਾਕਿਸਤਾਨੀ, ਨੈਕਸਟ। ਨੈਕਸਟ, ਪਲੀਜ਼ ਸਪੈਸੀਫਾਈ ਯੋਰ ਕਰੰਟ ਮਾਰਸ਼ਲ ਸਟੇਟਸ, ਮਾਰਸ਼ਲ ਸਟੇਟਸ ਸਾਡਾ ਸਿੰਗਲ। ਨੈਕਸਟ, ਹਾਊ ਮੈਨੀ ਚਿਲਡਰਨ ਯੂ ਹੈਵ, ਆ 5-7 ਹੈ ਹੀ ਨੇ, ਪਰਫੈਕਟ। ਨੈਕਸਟ, ਪਲੀਜ਼ ਸਪੈਸੀਫਾਈ ਦਾ ਹਾਈਐਸਟ ਲੈਵਲ ਆਫ ਐਜੂਕੇਸ਼ਨ ਯੂ ਹੈਵ ਕੰਪਲੀਟਿਡ, ਐਜੂਕੇਸ਼ਨ ਸਾਡੀ ਯੂਨੀਵਰਸਿਟੀ। ਨੈਕਸਟ, ਪਲੀਜ਼ ਚੂਜ਼ ਵਟ ਬੈਸਟ ਡਿਸਕ੍ਰਾਈਬਸ ਯੋਰ ਇੰਪਲਾਇਮੈਂਟ ਸਟੇਟਸ, ਸੈਲਫ ਇੰਪਲਾਇਡ, ਪ੍ਰੋਫਾਈਲ ਮੁਕੰਮਲ ਕਰਵਾ ਲੈਂਦੇ ਨੇ, ਬਾਅਦ ਵਿੱਚ ਕਿਹਾ ਜਾਂਦੇ ਕਿ ਸਰਵੇਜ਼ ਅਵੇਲੇਬਲ ਨਹੀਂ ਹੈ, ਸਰਵੇਜ਼ ਵਾਲਾ ਵੀ ਚੰਗਾ ਦਾ ਆਇਆ ਸਾਨੂੰ। ਅੱਛਾ ਜੀ, ਨੈਕਸਟ ਕੀ ਆ ਗਿਆ, ਪਲੀਜ਼ ਇੰਡੀਕੇਟ ਵਿੱਚ ਆਫ ਦਾ ਫਾਲੋਇੰਗ ਬੈਸਟ ਡਿਸਕ੍ਰਾਈਬ ਯੂਰ ਪ੍ਰਾਇਮਰੀ ਏਰੀਆ ਆਫ ਇੰਪਲਾਇਮੈਂਟ, ਇੱਥੇ ਕਰ ਲਓ ਜੀ ਐਜੂਕੇਸ਼ਨ। ਨੈਕਸਟ, ਪਲੀਜ਼ ਸਪੈਸੀਫਾਈ ਯੋਰ ਐਥਨਿਸਿਟੀ, ਐਥਨਿਸਿਟੀ,
ਕੀ ਹੈ ਜੀ, ਅਸੀਂ ਕਿਸ ਤਰ੍ਹਾਂ ਦੇ ਹਾਂ, ਅਸੀਂ ਜੀ ਏਸ਼ੀਅਨ ਏਸ਼ੀਅਨ ਐਪਲੀਕੇਸ਼ਨ ਦੂਸਰੇ ਨੰਬਰ 'ਤੇ। ਨੈਕਸਟ, ਪਲੀਜ਼ ਇੰਡੀਕੇਟ ਯੂਰ ਟੋਟਲ ਹਾਊਸ ਹੋਲਡ ਇਨਕਮ। ਟੋਟਲ ਇਨਕਮ ਕਿੰਨੀ ਹੈ ਸਾਡੀ ਜੀ? ਅੰਡਰ 14,40,000 ਥੋੜ੍ਹੀ ਪੀੜੀ। ਨੈਕਸਟ, ਵਾਟ ਇਜ਼ ਯੂਰ ਪ੍ਰਾਇਮਰੀ ਰੋਲ ਇਨ ਯੂਰ ਆਰਗਨਾਈਜੇਸ਼ਨ, ਓਨਰ ਆਰ ਪਾਰਟਨਰ? ਨੈਕਸਟ, ਅਪਰੋਕਸੀਮੇਟਲੀ ਹਾਊ ਮੈਨੀ ਇੰਪਲਾਈਜ਼? 2 to 5। ਨੈਕਸਟ, ਐਸ ਆਰ ਡੀ ਪ੍ਰੋਫਾਈਲ ਮੁਕੰਮਲ ਹੋ ਗਈ, ਹੁਣ ਦੇਖਦੇ ਸਾਨੂੰ ਸਰਵੇਜ਼ ਮਿਲਦੇ ਨੇ ਜਾਂ ਨਹੀਂ ਮਿਲਦੇ। ਇਹ ਅੱਗੋਂ ਸਾਡੇ ਕੋਲ ਸਰਵੇਜ਼ ਆ ਗਏ ਨੇ, ਕਿਸੇ ਵੀ ਸਰਵੇ 'ਤੇ ਕਲਿੱਕ ਕਰਕੇ ਸਰਵੇ ਨੂੰ ਮੁਕੰਮਲ ਕਰੋਗੇ ਅਤੇ ਜਿੰਨੇ ਕ੍ਰੈਡਿਟ ਉੱਤੇ ਲਿਖੇ ਨੇ ਇਹ ਤੁਹਾਡੇ ਅਕਾਊਂਟ ਵਿੱਚ ਕ੍ਰੈਡਿਟ ਹੋ ਜਾਣਗੇ। ਉਸ ਤੋਂ ਬਾਅਦ ਆ ਜਾਂਦੇ ਹਾਂ ਅਸੀਂ ਵਾਚ ਵੀਡੀਓਜ਼ ਵੱਲ। ਨੈਕਸਟ, ਅਸੀਂ ਆ ਜਾਂਦੇ ਹਾਂ ਵਾਚ ਵੀਡੀਓਜ਼ ਵੱਲ, ਇਹਦੇ ਉੱਤੇ ਕਲਿੱਕ ਕਰ ਲੈਂਦੇ ਹਾਂ। ਵਾਚ ਵੀਡੀਓਜ਼ 'ਤੇ ਦੇਖ ਲਿਆ, ਵੀਡੀਓ ਦੇਖ ਕੇ ਅਸੀਂ ਕਿਸ ਤਰ੍ਹਾਂ ਅਰਨਿੰਗ ਕਰ ਸਕਦੇ ਹਾਂ। ਵਾਚ ਵੀਡੀਓ ਸਾਡੇ ਸਾਹਮਣੇ ਵੀਡੀਓ ਪਲੇ ਹੋਏਗੀ, ਉਹਨੂੰ ਖਤਮ ਹੋਣ ਦਾ ਇੰਤਜ਼ਾਰ ਕਰਨਾ। ਖਤਮ ਹੋਣ ਤੋਂ ਬਾਅਦ ਉੱਤੇ ਕ੍ਰਾਸ ਦਾ ਨਿਸ਼ਾਨ ਆਏਗਾ, ਕ੍ਰਾਸ 'ਤੇ ਕਲਿੱਕ ਕਰ ਦੇਣ। ਕੰਗ੍ਰੈਚੁਲੇਸ਼ਨ, ਕ੍ਰੈਡਿਟ ਹੋ ਗਿਆ। ਜਿੰਨੀ ਉਹਦੀ ਅਰਨਿੰਗ ਸੀ ਉਹ ਸਾਡੇ ਅਕਾਊਂਟ 'ਚ ਕ੍ਰੈਡਿਟ ਹੋ ਗਈ। ਇੱਥੇ ਸਾਡੀ ਟੋਟਲ ਅਰਨਿੰਗ ਇੱਥੇ ਸਾਨੂੰ ਉੱਤੇ ਸ਼ੋ ਹੁੰਦੀ ਰਹੇ ਕਿੰਨੀ ਹੋ ਗਈ? $95। ਉਸ ਤੋਂ ਬਾਅਦ ਆ ਜਾਂਦਾ ਰਿਵਿਊ ਟਾਸਕ। ਰਿਵਿਊ ਟਾਸਕ 'ਤੇ ਕਲਿੱਕ ਕੀਤਾ, ਇਹ ਹੋ ਗਏ ਸਾਡੇ ਕੋਲ ਸਾਰੇ ਅਰਨਿੰਗ ਦੇ ਤਰੀਕੇ, ਅਸੀਂ ਕਿਸ ਕਿਸ ਤਰ੍ਹਾਂ ਇੱਥੋਂ ਅਰਨਿੰਗ ਕਰ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਨੈਕਸਟ ਵੇਖਦੇ ਹਾਂ ਇਨਵਾਈਟ। ਅਗਰ ਤੁਸੀਂ ਕਿਸੇ ਇਨਵਾਈਟ ਕਰਨਾ, ਇੱਥੇ ਇਨਵਾਈਟ 'ਤੇ ਕਲਿੱਕ ਕਰਨਾ, ਇੱਥੋਂ ਲਿੰਕ ਨੂੰ ਕਾਪੀ ਕਰਨਾ ਅਤੇ ਆਪਣੇ ਜਿੰਨੇ ਵੀ ਕਰਨਾ ਉਹਨੂੰ ਸੈਂਡ ਕਰ ਦੇਣਾ। ਇਨਵਾਈਟ ਕਰਨ ਤੋਂ ਬਾਅਦ ਅਸੀਂ ਆ ਜਾਂਦੇ ਹਾਂ ਨੈਕਸਟ ਵਾਲੇ ਹਾਨੇ ਵਿੱਚ, ਪੇ ਆਊਟ, ਜਿਹੜਾ ਸਭ ਤੋਂ ਇੰਪੋਰਟੈਂਟ ਅਤੇ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ। ਇਹਦੇ ਉੱਤੇ ਕਲਿੱਕ ਕੀਤਾ, ਇੱਥੇ ਪੇ ਆਊਟ ਵਿੱਚ ਤੁਸੀਂ ਵੇਖ ਸਕਦੇ ਹੋ ਕਿ $5,000 ਕ੍ਰੈਡਿਟ ਦੇ $5 ਨੇ, ਸਾਡੇ ਕੋਲ 94 ਹੋਏ ਨੇ ਹਜੇ। ਜਿੰਨੇ ਜ਼ਿਆਦਾ ਆਫਰ ਮੁਕੰਮਲ ਕਰਾਂਗੇ ਉਨੇ ਜ਼ਿਆਦਾ ਇਹ ਹੋਣਗੇ। ਜੇ ਸਾਡੇ ਕੋਲ $5,000 ਹੋਏਗਾ ਤਾਂ ਉਹਦੇ ਸਾਨੂੰ $5 ਮਿਲਣਗੇ, ਉਹ ਵੀ ਪੇਪਾਲ ਅਕਾਊਂਟ ਵਿੱਚ ਮਿਲਣਗੇ। ਦੋਸਤੋ, ਇਹ ਸਾਡੇ ਕੋਲ ਪੇ ਆਊਟ ਸੇ, ਕਮ ਅਜ਼ ਕਮ ਸਾਡੇ ਕੋਲ $5 ਹੋਣੇ ਚਾਹੀਦੇ ਨੇ ਪੇ ਆਊਟ ਵਾਸਤੇ, ਅਤੇ 5,000 ਕੁਆਇੰਟਸ ਦੇ, 5,000 ਕ੍ਰੈਡਿਟਸ ਦੇ ਸਾਡੇ ਕੋਲ, ਅਤੇ 5,000 ਕ੍ਰੈਡਿਟਸ ਦੇ ਸਾਡੇ ਕੋਲ $5 ਹੋਣਗੇ। ਅਗਰ ਤੁਸੀਂ 5,000 ਕੁਆਇੰਟ ਇਕੱਠੇ ਕਰਦੇ ਹੋ ਤਾਂ ਫਿਰ ਤੁਹਾਡੇ ਕੋਲ $5 ਹੋਣਗੇ। ਪਹਿਲੀ ਗੱਲ ਤਾਂ ਇਹ ਕਿ ਪਾਕਿਸਤਾਨ ਵਿੱਚ ਪੇਪਾਲ ਹੈ ਹੀ ਕੋਈ ਨਹੀਂ, ਅਤੇ ਦੂਸਰੀ ਗੱਲ ਇਹ ਕਿ ਅਗਰ ਪਾਕਿਸਤਾਨ ਵਿੱਚ ਪੇਪਾਲ ਦਾ ਅਕਾਊਂਟ ਬਣਾ ਵੀ ਲਈਏ ਤਾਂ ਬੜੀਆਂ ਜਿਹੀਆਂ ਰਿਸਟ੍ਰਿਕਸ਼ਨਸ ਨੇ, ਬੜਾ ਔਖਾ ਮਾਮਲਾ ਹੁੰਦਾ ਉਹਦੇ ਜ਼ਰੀਏ ਅਰਨਿੰਗ ਲੈਣ ਦਾ। ਉਸ ਤੋਂ ਬਾਅਦ ਤੀਸਰੀ ਗੱਲ ਕਿ $5 ਇਕੱਠੇ ਕਰਨ ਲੱਗਾ ਸਾਨੂੰ ਕਮ ਅਜ਼ ਕਮ 5,000 ਕ੍ਰੈਡਿਟ ਚਾਹੀਦਾ। ਇਹ ਸਾਡੇ ਕੋਲ ਕਿੰਨੇ ਤਕਰੀਬਨ 5 to 10 ਮਿੰਟ ਹੋਏ ਤਾਂ 95 ਕ੍ਰੈਡਿਟ ਹੋਏ ਨੇ। ਮਤਲਬ ਕਿ ਤੁਸੀਂ ਡੇਲੀ ਕਮ ਅਜ਼ ਕਮ 3 to 4 ਘੰਟੇ ਤੋਂ ਵਰਕ ਕਰੋ, ਫਿਰ ਜਾ ਕੇ ਤੁਹਾਡੇ ਕੋਲ 1,000 ਕ੍ਰੈਡਿਟ ਹੋਏਗਾ, ਮਤਲਬ $1 ਦਾ ਕੰਮ ਹੋਏਗਾ 4 to 5 ਘੰਟਿਆਂ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੇਂਜ ਰੱਖ ਕੇ ਤੁਸੀਂ ਅਰਨਿੰਗ ਕਰਨਾ ਚਾਹੋ ਤਾਂ ਕਰ ਸਕਦੇ ਹੋ। ਅਗਰ ਤੁਹਾਨੂੰ ਲੱਗੇ ਕਿ ਬਹੁਤ ਥੋੜ੍ਹੀ ਹੈ ਤਾਂ ਫਿਰ ਤੁਹਾਡੇ ਵਾਸਤੇ ਇਹੀ ਮਸ਼ਵਰੇ ਕਿ ਕੋਈ ਨਾ ਕੋਈ ਸਕਿੱਲ ਸਿੱਖੋ ਅਤੇ ਫ੍ਰੀਲਾਂਸਿੰਗ ਵੈਬਸਾਈਟਸ ਤੋਂ ਅਰਨਿੰਗ ਕਰੋ। ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਐਪਸ ਨੇ ਉਹਨਾਂ ਦੀ ਅਰਨਿੰਗ ਬਹੁਤ ਥੋੜ੍ਹੀ ਹੁੰਦੀ ਹੈ ਜਾਂ ਨਹੀਂ ਹੁੰਦੀ। ਇਸ ਵਾਸਤੇ ਇਸ ਤਰ੍ਹਾਂ ਦੇ ਐਪਸ ਆਪਣਾ ਟਾਈਮ ਜ਼ਾਇਆ ਕਰਨ ਤੋਂ ਬਿਹਤਰ ਕੋਈ ਇੱਕ ਸਕਿੱਲ ਸਿੱਖ ਲਵੋ, ਉਹਦੇ ਤੋਂ ਆਨਲਾਈਨ ਅਰਨਿੰਗ ਕਰੋ। ਤੁਹਾਡਾ ਮੁਲਾਕਾਤ ਹੋਏਗੀ ਮੇਰੀ ਅਗਲੀ ਵੀਡੀਓ ਵਿੱਚ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ, ਰੱਬ ਰੱਖਾ।